ਨਿਊਜ਼ੀਲੈਂਡ ਦਾ ਲੋਨ ਹੈ ਤਾਂ ਤੁਸੀਂ ਲਾਇਸੈਂਸਡ ਐਡਵਾਈਜ਼ਰ ਜੇ ਏਜੰਟ ਤੋਂ ਵੀ ਲਵਾ ਰਹੇ ਪਤਾ ਕਰੋ ਵੀ ਉਹਦੇ ਕੋਲ ਲਾਇਸੈਂਸ ਹੈਗਾ ਵਾ। ਸਟੂਡੈਂਟ ਵੀਜ਼ਾ ਏਜੰਟ ਬਿਨਾਂ ਲਾਇਸੈਂਸ ਤੋਂ ਲਾ ਸਕਦਾ, ਪਰ ਸਟੂਡੈਂਟ ਵੀਜ਼ੇ ਤੋਂ ਬਿਨਾਂ ਉਹ ਆਫਸ਼ੋਰ ਸਟੂਡੈਂਟ ਜਿਹੜੇ ਬਾਹਰ ਆ ਨਿਊਜ਼ੀਲੈਂਡ ਤੋਂ ਬਿਨਾਂ ਸਟੂਡੈਂਟ ਵੀਜ਼ੇ ਤੋਂ ਕੋਈ ਸਲਾਹ ਨਹੀਂ ਦੇ ਸਕਦਾ। ਇਹ ਜਿਹੜੇ ਹੁਣ ਵਰਕ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਾਸਤੇ ਬਾਈ ਕੋਈ ਏਜ ਦੀ ਰਿਕੁਆਇਰਮੈਂਟ ਵੀ ਹੁੰਦੀ ਹੈ? ਹਾਂ, ਇਹਨਾਂ ਦੀ ਏਜ ਦੀ ਰਿਕੁਆਇਰਮੈਂਟ ਜਿੱਥੇ ਕਿ ਮੇਰੇ ਨੌਲੇਜ ਆ 56 ਸਾਲ ਆ ਜਿਹੜਾ ਐਕਰੀਡੇਟਡ ਵਰਕ ਵੀਜ਼ਾ ਵਾ, 50 ਸਾਲ ਉਹਦੀ ਏਜ ਲਿਮਿਟ ਰੱਖੀ ਹੋਈ। ਅੱਛਾ ਜੀ, 50 ਜਾਂ 56 ਤੋਂ ਘੱਟ ਹੋਵੇ ਜੀ। ਹਾਂਜੀ, ਜਿੱਦਾਂ ਬਾਈ ਕੋਈ 25-30 ਸਾਲ ਤੋਂ ਲੈ ਕੇ ਵੀ ਘੱਟ ਕਿੰਨੇ ਅਪਲਾਈ, ਕਈ ਵੀਰ ਭਰਾਵਾਂ ਦੇ ਸਵਾਲ ਸੀਗੇ ਵੀ ਜਿਹੜਾ ਵਰਕ ਵੀਜ਼ਾ ਆਪਾਂ ਲਵਾ ਕੇ ਇੱਥੇ ਆ ਗਏ ਹਾਂ, ਸੋ ਇਹਦੇ ਵਿੱਚ ਬਾਈ ਕੋਈ PR ਦੇ ਚਾਂਸ ਵੀ ਹੈਗੇ ਆ? ਨਹੀਂ, PR ਦੇ ਚਾਂਸ ਹੈਗੇ ਆ ਵੀਰੇ, 6 ਪੁਆਇੰਟ ਚਾਹੀਦੇ ਹੁੰਦੇ ਆ ਜੀ, ਜਿਹ 'ਚੋਂ ਮਤਲਬ ਹਰੇਕ ਐਪਲੀਕੇਸ਼ਨ ਦਾ ਆਪਦਾ ਹਿਸਾਬ ਕਿਤਾਬ ਕਿੱਦਾਂ ਕਲੇਮ ਕਰ ਸਕਦਾ। ਪਰ ਜੇ ਆਪਾਂ ਸਿੰਪਲ ਜੇ ਸ਼ਬਦਾਂ 'ਚ ਇਹਨੂੰ ਡਿਫਾਈਨ ਕਰੀਏ, ਉਹਦਾ ਇਹ ਆ ਵੀ ਤੁਹਾਨੂੰ ਜੇ ਬੈਚਲਰ ਡਿਗਰੀ ਹੈ ਤਾਂ 3 ਪੁਆਇੰਟ ਤੁਹਾਨੂੰ ਉਹਦੇ ਮਿਲ ਸਕਦੇ ਵੀਰੇ, ਜਿਨ੍ਹਾਂ ਨੇ ਖੇਤਾਂ ਦੇ ਵਿੱਚ, ਹਾਂਜੀ ਖੇਤਾਂ ਦੇ ਵਿੱਚ ਖਾਸ ਕਰਕੇ ਵਰਕ ਪਰਮਿਟ ਬਹੁਤ ਜ਼ਿਆਦਾ ਲੱਗੇ ਹੁੰਦੇ ਆ ਜੀ, ਕਿਉਂਕਿ ਲੋਡ ਹੁੰਦੀ ਹੈ ਬਾਈ ਕਿਵੀ ਫਾਰਮ ਹੈ। ਹਾਂਜੀ ਹਾਂਜੀ, ਸੋ ਉਹਨਾਂ ਦੇ ਵਿੱਚ ਬਾਈ ਕੋਈ PR ਦੇ ਅੱਗੇ ਚਾਂਸ ਹੈ ਜਾਂ ਨਹੀਂ? ਬਾਈ PR ਦੇ ਸਾਰਿਆਂ 'ਚ ਚਾਂਸ ਆ। ਇਹ ਮੈਟਰ ਨਹੀਂ ਕਰਦਾ ਤੁਹਾਡੀ ਜੋਬ ਕਿੱਥੇ ਆ, ਜੋਬ ਟਾਈਟਲ ਕੀ ਆ, ਮੈਟਰ ਇਹ ਕਰਦਾ ਵੀਰੇ ਤੁਹਾਡਾ ਜਿਹੜਾ ANJ ਡੈਸਕੋ ਕੋਡ ਕਹਿੰਦੇ ਹੁੰਦੇ ਆ। ਸਵਾਲ ਇਹੋ ਜਿਹਾ ਵੀ ਸੀਗਾ, ਹਾਂਜੀ, ਵੀ ਮੇਰਾ ਰਿਫਿਊਜ਼ਲ ਆਈਆਂ ਹੋਈਆਂ, ਹਾਂਜੀ, ਤੇ ਮੈਂ ਇੱਥੋਂ ਦਾ ਵਰਕ ਪਰਮਿਟ ਲਵਾਉਣਾ ਚਾਹੁੰਦਾ, ਮੇਰਾ ਵਰਕ ਪਰਮਿਟ ਲੱਗ ਜੂ,